ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ, ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਜੀ, ਇਸ ਪ੍ਰੋਗਰਾਮ ਵਿੱਚ ਮੈਂ ਤੁਹਾਡੀ ਮੁਲਾਕਾਤ ਉਹਨਾਂ ਕਲਾਕਾਰਾਂ ਨਾਲ ਕਰਵਾਉਂਦਾ ਜੀ, ਚਾਹੇ ਉਹ ਕਲਾਕਾਰ ਸੰਗੀਤ ਦੀ ਦੁਨੀਆ ਦੇ ਹੋਣ ਜਾਂ ਫਿਰ ਉਹ ਫਿਲਮੀ ਦੁਨੀਆ ਦੇ ਕਲਾਕਾਰ ਹੋਣ, ਜਿਨ੍ਹਾਂ ਨੇ ਆਪਣੇ ਖੇਤਰ 'ਚ ਮੱਲਾਂ ਮਾਰੀਆਂ ਹੋਈਆਂ ਨੇ, ਮੁਕਾਮ ਹਾਸਲ ਕੀਤੇ ਹੋਏ ਨੇ। ਅਤੇ ਅੱਜ ਜਿਹੜੇ ਕਲਾਕਾਰ, ਜਿਹੜੀ ਸ਼ਖਸੀਅਤ ਮੇਰੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ, ਜੇ ਮੈਂ ਗੱਲ ਕਰਾਂ ਕਿ ਰਿਦਮ ਤਾਂ ਮੇਰਾ ਨਾਮ ਹੈ ਜੀ, ਸੁਰ ਅਤੇ ਤਾਲ ਜਿਵੇਂ ਮਿਲ ਕੇ ਇੱਕ ਰਿਦਮਿਕ ਚੀਜ਼ ਬਣਾਉਂਦੇ ਨੇ। ਜੀ ਹਾਂ, ਜਿਵੇਂ ਜੇ ਮੈਂ ਗੱਲ ਕਰਾਂ ਸੰਗੀਤ ਦੇ ਸਮੁੰਦਰ ਦੀ ਦੁਨੀਆ ਵਿੱਚੋਂ, ਉਹ ਕਲਾਕਾਰ ਲੈ ਕੇ ਆਇਆ ਜੀ ਅੱਜ ਮੈਂ, ਜਿਨ੍ਹਾਂ ਨੇ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ। ਅਤੇ ਆਓ ਫਿਰ ਆਪਾਂ ਉਹਨਾਂ ਦਾ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਦੇ ਵਿਹੜੇ ਵਿੱਚ ਸਵਾਗਤ ਕਰਦੇ ਹਾਂ, ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਦੀਪ ਢਿੱਲੋਂ ਜੀ ਅਤੇ ਜੈਸਵਿੰਦ ਜੱਸੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਜੀ, ਸਾਰੇ ਹੀ ਪੰਜਾਬੀ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ, ਦੇਖੋ ਕਿ ਮੈਂ ਜਿੱਦਾਂ ਗੱਲ ਕੀਤੀ ਸਟਾਰਟਿੰਗ 'ਚ, ਸੁਰ ਔਰ ਤਾਲ ਇੱਕ ਤੁਹਾਡਾ ਉਦਾਂ ਦਾ ਹੀ ਮਿਲਣਾ, ਸੁਰ ਔਰ ਤਾਲ ਵਾਲਾ। ਅਤੇ ਮਾਸ਼ਾਅੱਲਾ ਤੁਸੀਂ ਕੱਪੜੇ ਵੀ ਅੱਜ ਪੂਰੇ ਰਿਦਮਿਕ ਜਿਹੇ ਹੀ ਪਾਏ ਹੋਏ। ਬਿਲਕੁਲ ਜੀ ਹਾਂ। ਅਤੇ ਗੱਲ ਢੋਲਕ ਉੱਪਰ, ਬਿਲਕੁਲ ਬਿਲਕੁਲ, ਬਾਜਾ, ਬਿਲਕੁਲ ਗਿਟਾਰ, ਕਹਿੰਦੇ ਨੇ ਨਾ ਕਿ ਇੱਕ ਅੰਦਰੋਂ ਹੀ ਬੰਦਾ ਜੁੜਿਆ ਹੁੰਦਾ ਉਹਨਾਂ ਚੀਜ਼ਾਂ ਨਾਲ, ਅਤੇ ਰਿਦਮ ਦੇ ਨਾਲ ਜੁੜੇ ਹੋਏ ਹੋ ਤੁਸੀਂ, ਉਹ ਸੰਗੀਤ ਦੇ ਨਾਲ ਜੁੜੇ ਹੋਏ ਹੋ। ਬਿਲਕੁਲ। ਅਤੇ ਆਪਾਂ ਗੱਲ ਕਰਦੇ ਹਾਂ ਤੁਹਾਡੇ ਹੁਣ ਲੇਟੈਸਟ ਟਰੈਕ ਆਇਆ ਹੈੱਡਕੁਆਟਰ। ਹਾਂਜੀ, ਹੈੱਡਕੁਆਟਰ ਗਾਣਾ ਜਿਹੜਾ ਕਿ ਬਹੁਤ ਖੂਬਸੂਰਤ ਗੀਤ ਹੈ, ਖਾਸ ਕਰਕੇ ਵਿਆਹਾਂ ਦੇ ਸੀਜ਼ਨ ਦਾ ਗੀਤ ਹੈ। ਡੀਜੇ 'ਚ ਜਿੱਦਾਂ ਵਿਆਹ ਸ਼ਾਦੀ ਹੁਣ ਚੱਲਦੇ ਨੇ ਜੀ, ਅਤੇ ਪਰਿਵਾਰਿਕ ਨੋਕ ਝੋਕ ਹੈ, ਦਾਰੂ ਪਿੱਛੇ ਮਾੜਾ ਮੋਟਾ ਘਰੇ ਕਲੇਸ਼ ਪੈਂਦਾ। ਇੱਕ ਬੇਸਿਕ ਬੋਲੀ ਹੁੰਦੀ ਸੀ ਪੁਰਾਣੀ ਲੇਡੀਜ਼ ਦੀ ਕਿ ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ, ਜਦ ਮੈਂ ਤੁਰ ਗਈ ਪੇਕੇ ਨਹੀਂ ਜਾਏ ਵੱਡੀ ਦਾ ਕਲਸ਼ ਨਾ, ਕੋਠੇ ਚੜ੍ਹ ਚੜ੍ਹ ਦੇਖੇ ਹੈ ਨਾ, ਕੋਠੇ 'ਤੇ ਦੇਖਦਾ ਉਹ ਹੁਣ ਚੀਜ਼ ਨਹੀਂ ਲੱਭਦੀ ਕੋਈ, ਕਿੱਥੋਂ ਆਊਗੀ ਕਿਵੇਂ ਆਊਗੀ, ਕਿਉਂਕਿ ਪਹਿਲਾਂ ਬੰਦਾ ਕਹਿੰਦਾ ਹੁੰਦਾ ਕਿ ਕਦੇ ਤਾਂ ਪੇਕੇ ਜਾ ਨਹੀਂ ਅੜੀਏ, ਆਵੇ ਸੁੱਖ ਦਾ ਸਾਹ ਨਹੀਂ ਅੜੀਏ। ਜਦੋਂ ਦੋ ਕੁ ਦਿਨਾਂ ਬਾਅਦ ਫਿਰ ਕੰਮ ਜਾਪ ਕਰਨਾ ਪੈਂਦਾ, ਫਿਰ ਕਹਿੰਦਾ ਬਹਾਨੇ ਜੇ ਨਾਲ ਕਹਿੰਦਾ ਵੀ ਤੂੰ ਮੁੜਿਆ, ਨਹੀਂ ਤਾਂ ਮੈਂ ਫਿਰ ਦਾਰੂ ਪੀ ਪੀ ਕੇ ਠੇਕੇ ਖਾਲੀ ਕਰ ਦਿੰਦੇ ਹਾਂ। ਇਹ ਗਾਣੇ ਦੀ ਕਹਾਣੀ ਹੈ। ਜਿਹੜਾ ਇਹ ਟਾਈਟਲ ਹੈ ਹੈੱਡਕੁਆਟਰ, ਇਹਦੇ 'ਚ ਠੇਕਾ ਹੈੱਡਕੁਆਟਰ ਕਿ ਪੇਕਾ ਹੈੱਡਕੁਆਟਰ? ਮੇਨ ਤਾਂ ਜਿਹੜਾ ਹੈਗਾ ਹੈੱਡਕੁਆਟਰ ਪੇਕਾ ਹੀ ਆ, ਕਿਉਂਕਿ ਲੇਡੀਜ਼ ਦੇ ਜਿੰਨਾ ਚਿਰ ਮਰਜ਼ੀ ਹੋ ਜਾਵੇ ਵਿਆਹ ਨੂੰ, ਉਹ ਸਾਰੀ ਉਮਰ ਪੇਕਿਆਂ ਦਾ ਖੜਾ ਨਹੀਂ ਛੱਡਦੀਆਂ ਹੈ ਨਾ, ਮੇਰੇ ਪੇਕੇ ਆਏ ਆ, ਮੇਰੇ ਪੇਕੇ ਇੱਦਾਂ, ਮੇਰੇ ਪੇਕੇ 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 ਹੈ ਨਾ। ਸੋ ਇਸ ਕਰਕੇ ਅਸੀਂ ਆਪਦੇ ਅਕਸਰ ਗੱਲਾਂ ਬਾਤਾਂ 'ਚ ਕਹਿੰਦੇ ਹੁੰਦੇ ਸੀ ਵੀ ਹੈੱਡਕੁਆਟਰ ਗਈ ਹੈ ਨਾ, ਫਿਰ ਜਦੋਂ ਲੇਡੀਜ਼ ਆਪਣੇ ਹੈੱਡਕੁਆਟਰ ਜਾਂਦੀ ਹੈ ਤਾਂ ਫਿਰ ਬੰਦਾ ਆਪਣੇ ਹੈੱਡਕੁਆਟਰ ਜਾਂਦਾ ਹੈ ਨਾ, ਕਿਉਂਕਿ ਪਹਿਲਾਂ ਹੈੱਡਕੁਆਟਰ ਪੇਕਾ, ਉਸ ਤੋਂ ਬਾਅਦ ਰੇਕਾ। ਕਿ ਜਦੋਂ ਬੰਦਾ ਕਹਿੰਦਾ ਕਿ ਜਾਂਦੀ ਨਹੀਂ ਪੇਕੇ, ਜਦੋਂ ਚਲੇ ਜਾਂਦੇ ਜਦੋਂ ਆਪ ਕਰਨਾ ਪੈਂਦਾ। ਇਹ ਤਾਂ ਤੁਹਾਡੇ ਨਾਲ ਵੀ ਹੁੰਦਾ ਕਿ ਆਪਣੇ ਤਾਂ ਲੈ ਕੇ ਗਾਣਾ ਕੀਤਾ ਸੀ ਸਾਨੂੰ ਤਾਂ, ਮੇਰਾ ਤਾਂ ਇਹ ਹੈ ਵੀ ਮੌਕਾ ਹੀ ਨਹੀਂ ਮਿਲਦਾ ਪੇਕੇ ਜਾਣ ਦਾ। ਕੰਮ 'ਚ ਅਸੀਂ ਦੋਨੇ ਇਕੱਠੇ ਹਾਂ ਜੀ, ਪ੍ਰੋਗਰਾਮ ਵੀ ਇਕੱਠੇ ਕਰਦੇ ਹਾਂ ਜੀ, ਅਤੇ 24 ਘੰਟੇ ਇਕੱਠੇ। ਫਿਰ ਨਾਲ ਇਹ ਹੁੰਦਾ ਵੀ ਜਦੋਂ ਕਦੇ ਜਾਈਏ ਕੋਈ ਉੱਧਰ ਪ੍ਰੋਗਰਾਮ ਹੁੰਦਾ ਮਕੇਰੀਆਂ ਵਾਲੀ ਸਾਈਡ, ਤਾਂ ਉੱਧਰ ਗੇੜਾ ਜਿਹਾ ਮਰਾ ਕੇ ਫਿਰ ਨਾਲ ਹੀ ਮੁੜ ਲਈਦਾ, ਫੇਰ ਅਜਾ ਪਵਾ ਲਿਆ ਬਾਅਦ, ਹਾਲੇ ਤੱਕ ਫੇਰ ਹੀ ਪਵਾਈ। ਹਾਂ, ਕਿਉਂਕਿ ਅਸੀਂ ਅਗਲੇ ਦਿਨ ਫਿਰ ਕੰਮ 'ਤੇ ਜਾਣਾ ਹੁੰਦਾ। ਜਦੋਂ ਵਿੱਚ ਦੀ ਅੱਗੇ ਗੈਪ ਮਿਲ ਜਾਂਦਾ ਸੀਗਾ, ਅਤੇ ਹੁਣ ਗੈਪ ਦਾ ਕਾਰਨ ਹੀ ਹੋ ਗਿਆ, ਹੁਣ ਗੁੜੀਆ ਅਤੇ ਫਿਰ ਹੁਣ ਸਕੂਲ ਜਾਣਾ ਹੁੰਦਾ, ਹੁਣ ਆਪ ਹੀ ਨਹੀਂ ਜਾਂਦੀ ਜੀ, ਕਿ ਇੱਕ ਰੁਝਾਨ ਬਣੇ ਹੋ ਜਾਂਦਾ ਕਿ ਬੰਦਾ ਬਿਜ਼ੀ ਹੋ ਜਾਂਦਾ ਆਪਣੀ ਲਾਈਫ ਦੇ ਵਿੱਚ, ਥੋੜਾ ਬਿਜ਼ੀ ਹੋ ਜਾਂਦਾ ਟਾਈਮ ਦੇ ਹਿਸਾਬ ਨਾਲ। ਹਾਂਜੀ, ਤੇ ਕਿਤੇ ਨਾ ਕਿਤੇ ਇਤਰਾਜ਼ ਤੇ ਕਰਦੇ ਹੋਣਗੇ ਪੇਕੇ ਵਾਲੇ ਕਿ ਆਂਦੇ ਨਹੀਂ? ਉਹ ਤਾਂ ਹੁੰਦਾ ਹੀ ਆ, ਹਰੇਕ ਮਾਂ ਪਿਓ ਨੇ ਇੱਦਾਂ ਹੁੰਦਾ ਕਿ ਇੱਕ ਵਾਰੀ ਆ ਜਾਵੇ ਜੀ, ਉਹਨਾਂ ਨੇ ਤਾਂ ਕਹਿਣਾ ਹੀ ਹੁੰਦਾ ਆ ਜਾ ਆ ਜਾ ਆ ਜਾ, ਪਰ ਅਸੀਂ ਆਪਣਾ ਵੀ ਦੇਖਣਾ ਹੁੰਦਾ ਨਾ। ਔਰ ਕਿਤੇ ਨਾ ਕਿਤੇ ਉਹ ਖੁਸ਼ ਵੀ ਹੁੰਦੇ ਹੋਣਗੇ ਨਾ, ਕੀ ਕਿੱਦਾਂ ਦਾ ਮਹਿਸੂਸ ਕਰਦੇ ਕਿ ਅੱਜ ਜਿਹੜੇ ਮੁਕਾਮ 'ਤੇ ਤੁਸੀਂ ਹੋ ਜੀ? ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਨੂੰ, ਔਰ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਖੁਸ਼ੀ ਮਾਵਾਂ ਨੂੰ ਹੁੰਦੀ ਹੈ ਜਦੋਂ ਆਪਣੇ ਬੱਚਿਆਂ ਨੂੰ ਦੇਖਦੇ ਆ ਇਸ ਤਰੱਕੀ ਕਰਦੇ ਹੋਏ ਜੀ। ਪਿਓਾਂ ਨੂੰ ਵੀ ਹੁੰਦੀ ਹੈ, ਮਾਵਾਂ ਨੂੰ ਨਹੀਂ, ਪਿਓਾਂ ਨੂੰ ਵੀ ਨਾਲੇ ਹੁੰਦੀ ਹੈ। ਹਾਂਜੀ, ਨਹੀਂ, ਸਾਰੀ ਫੈਮਿਲੀ ਨੂੰ ਹੀ ਹੁੰਦੀ ਹੈ, ਪਰ ਸਪੈਸ਼ਲੀ ਇੱਕ ਮਾਂ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਮਾਂ ਨੂੰ ਥੋੜ੍ਹੇ ਜਿਹਾ ਵੱਧ ਹੁੰਦੀ ਹੈ ਬੱਚਿਆਂ ਦਾ ਚਾਹ। ਆਪਣੇ ਸਮਾਜ ਦੇ ਵਿੱਚ ਜਿਹੜਾ ਜ਼ਿਆਦਾ ਮਾਂ ਜ਼ਿਆਦਾ ਕੀਤਾ ਜਾਂਦਾ, ਕਿਉਂਕਿ ਮਾਂ ਦਾ ਨੋ ਡਾਊਟ ਰੋਲ ਬਹੁਤ ਵੱਡਾ ਹੁੰਦਾ, ਪਰ ਖੁਸ਼ੀ ਜਿਹੜੀ ਕਿਸੇ ਵੀ ਕਾਮਯਾਬੀ ਦੀ ਹੁੰਦੀ ਹੈ ਉਹ ਪਿਓ ਨੂੰ ਵੀ ਓਨੀ ਹੁੰਦੀ ਹੈ। ਸੋ ਇਸੇ ਕਰਕੇ ਪਿਓ ਜਿਹੜੇ ਜ਼ਾਹਿਰ ਘੱਟ ਕਰਦੇ, ਉਹਨਾਂ ਨੂੰ ਆਈ ਲਵ ਯੂ ਕਹਿਣਾ ਨਹੀਂ ਆਉਂਦਾ ਹੁੰਦਾ ਹੈ ਨਾ। ਮਾਵਾਂ ਜ਼ਿਆਦਾ ਕਹਿੰਦੀਆਂ ਮੇਰਾ ਪੁੱਤ, ਮੇਰਾ ਚੋਣਾ, ਤੱਕ ਤਾਂ ਨਹੀਂ ਗਿਆ ਗੁਜੀ ਮੇਰੀ ਗੁਜੀ। ਅਤੇ ਜਿਹੜਾ ਇਹ ਗਾਣਾ ਕੀਤਾ ਤੁਸੀਂ, ਇਹਦਾ ਟਾਈਟਲ ਹੈੱਡਕੁਆਟਰ ਪੇਕੇ ਤੋਂ ਠੇਕੇ, ਇਹ ਜਿਵੇਂ ਤੁਸੀਂ ਡੈਡੀਕੇਟ ਕੀਤਾ ਕਿਸੇ ਨੂੰ ਆਪਣੀ ਨੋਕ ਚੋਕ ਤੋਂ ਲੈ ਕੇ, ਜਾਂ ਫਿਰ ਵੈਸੇ ਹੀ ਬੈਠੇ ਕੋਈ ਖਿਆਲ ਆਇਆ ਕਿ ਇੱਦਾਂ ਦੀ ਕੋਈ ਨੋਕ ਚੋਕ ਹੁੰਦੀ ਹੈ? ਨਹੀਂ, ਗਾਣਾ ਲਿਖਿਆ ਜੱਗਾ ਭਿੱਖੀ, ਸਾਡਾ ਵੀਰਾ ਰਾਈਟਰ ਹੈ ਜੀ, ਸੋ ਉਹਨੇ ਗਾਣਾ ਇਹ ਬਣਿਆ ਸੀ, ਮਿਊਜ਼ਿਕ ਕੀਤਾ AKS ਜਿਹੜੇ ਆਪਣਾ ਲਾਲ ਕਮਲ ਜੀ ਹੈ ਨਾ ਜੀ, ਤਾਂ ਕਮਲ ਭਾਅ ਜੀ ਦਾ ਬੇਟਾ, ਉਹਨਾਂ ਨੇ ਮਿਊਜ਼ਿਕ ਕੀਤਾ ਇਹ ਮਿਊਜ਼ਿਕ, ਉਹਨਾਂ ਨੇ ਤਿਆਰ ਹੋ ਕੇ ਗੀਤ ਮੇਰੇ ਕੋਲ ਆਇਆ ਸੀ ਜੀ। ਜਦੋਂ ਉਹਨਾਂ ਨੇ ਮੈਨੂੰ ਸੁਣਾਇਆ ਮੈਨੂੰ ਸੋਹਣਾ ਲੱਗਿਆ,
ਦੀਪ ਜੀ, ਆਲਮੋਸਟ ਤੁਸੀਂ 200 ਤੋਂ ਉੱਪਰ ਗਾਣੇ ਕਰ ਚੁੱਕੇ ਹੋ, ਔਰ ਮੇਰਾ ਖਿਆਲ ਹੈ ਕਿ 100-150 ਤੋਂ ਉੱਪਰ ਤੁਸੀਂ ਵੀਡੀਓਜ਼ ਕੀਤੇ ਨੇ। ਬਿਲਕੁਲ ਜੀ। ਔਰ ਜਿਹੜੇ ਜਿੰਨੇ ਵੀ ਕਨਸੈਪਟ ਹੁੰਦੇ ਆ, ਅਲੱਗ ਅਲੱਗ ਕਨਸੈਪਟ ਤੁਸੀਂ ਕੀਤੇ, ਉਹਦੇ 'ਚ ਜ਼ਿਆਦਾ ਤੁਹਾਡੇ ਲਵ ਔਰ ਨੋਕ ਚੋਕ ਵਾਲੇ ਗਾਣੇ ਆ ਜੀ, ਇਹਦਾ ਕੋਈ ਖਾਸ ਰੀਜ਼ਨ? ਕਿਉਂਕਿ ਸਾਡਾ ਮੇਨ ਜਿਹੜਾ ਹੈਗਾ ਰੁਜ਼ਗਾਰ ਹੈ ਪ੍ਰੋਗਰਾਮਾਂ ਦਾ ਜੀ, ਜਿੱਦਾਂ ਰੋਜ਼ੀ ਰੋਟੀ ਕਹਿ ਲਓ ਅਸੀਂ ਪ੍ਰੋਗਰਾਮ ਕਰਦੇ ਹਾਂ, ਵਿਆਹ ਸ਼ਾਦੀ ਦੇ ਹੋਣ, ਮੇਲਿਆਂ ਦੇ ਹੋਣ ਜਾਂ ਕੋਈ ਹੋਰ ਹੈ, ਕਿਉਂਕਿ ਮੇਨ ਸਾਡਾ ਟਾਰਗੇਟ ਉਹ 'ਤੇ ਹੁੰਦਾ ਜੀ ਵੀ ਉੱਥੇ ਅਸੀਂ ਲੋਕਾਂ ਨੂੰ ਕਿੱਦਾਂ ਉਹਨਾਂ ਨੂੰ ਕੀ ਚੰਗਾ ਲੱਗੂਗਾ, ਉਹਨਾਂ ਦੀਆਂ ਗੱਲਾਂ ਹੁੰਦੀਆਂ ਉਹ, ਹੈ ਨਾ, ਉਹਨਾਂ ਦੇ ਜਦੋਂ ਹੁਣ ਜਿਵੇਂ ਵਿਆਹਾਂ ਦੇ ਪ੍ਰੋਗਰਾਮ ਹੁੰਦੇ ਆ, ਉੱਥੇ ਅਸੀਂ ਜੋ ਦੇਖਦੇ ਹਾਂ ਜੋ ਸਿੱਖਦੇ ਹਾਂ ਉਹੀ ਅਸੀਂ ਗੀਤਾਂ ਦੇ ਵਿੱਚ ਉਹ ਕਰਦੇ ਹਾਂ। ਜੋ ਸਭ ਮੇਨ ਮੇਰਾ ਫੋਕਸ ਹੁੰਦਾ ਵੀ ਸਟੇਜ 'ਤੇ, ਮੇਰਾ ਇਸ ਵਾਲੇ ਪਾਸੇ ਨਹੀਂ ਹੁੰਦਾ ਵੀ ਮੈਂ ਯੂਟਿਊਬ ਦੇ ਵਿਊ ਵਧਾਉਣ ਵਾਸਤੇ ਗਾਣਾ ਕਰਦਾ ਜਾਂ ਕੋਈ ਹੋਰ ਕਰਦਾ, ਮੈਨੂੰ ਇਹ ਵੀ ਮੈਂ ਜਿਹੜੇ ਟਾਰਗੇਟ 'ਤੇ ਹੈਗਾ ਜਿੱਦਾਂ ਦੇ ਗੀਤ ਮੈਨੂੰ ਚਾਹੀਦੇ ਉੱਦਾਂ ਦੇ ਮੈਂ ਕਰਦਾ ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਸ਼ੋਜ਼ 'ਤੇ ਪ੍ਰੋਗਰਾਮਾਂ 'ਤੇ ਜ਼ਿਆਦਾ ਇੱਦਾਂ ਦੇ ਗਾਣੇ ਆਪਾਂ ਗਾਉਂਦੇ ਹਾਂ ਜੀ, ਉੱਥੇ ਗਾਉਂਦੇ ਹੋਏ ਕਦੀ ਕਿਸੇ ਨੇ ਆ ਕੇ ਕਿਹਾ ਹੋਇਆ ਕਿ ਹਾਂਜੀ ਤੁਸੀਂ ਬਹੁਤ ਮਤਲਬ ਸੱਚੀਆਂ ਗੱਲਾਂ ਹੀ ਗਾਉਂਦੇ ਹੋ ਕਿ ਜਿਹੜੀ ਨੋਕ ਝੋਕ ਹੁੰਦੀ? ਬਿਲਕੁਲ ਬਿਲਕੁਲ। ਵਿਆਹ ਦੇ ਗਾਉਂਦੇ ਹੋਏ ਕਿ ਅਗਲਾ ਬੰਦਾ ਇਹ ਕਹਿ ਦੇ ਕਿ ਵਿਆਹ ਹੋ ਰਿਹਾ ਹਾਲੇ, ਹੁਣ ਸਾਡੀ ਇਹੀ ਚੀਜ਼ ਸ਼ੁਰੂ ਹੋ ਜੂਗੀ? ਹਾਂ ਬਿਲਕੁਲ, ਸਾਰਿਆਂ ਦਾ ਹੀ ਹੁੰਦਾ ਹੈ ਨਾ, ਉਹਨਾਂ ਨੂੰ ਪਤਾ ਹੀ ਹੁੰਦਾ, ਅਤੇ ਇਹ ਹੁੰਦਾ ਕਿਉਂਕਿ ਵਿਆਹ ਜਿਹਦਾ ਹੋ ਰਿਹਾ ਹੁੰਦਾ ਉਹਨੂੰ ਤਾਂ ਟੈਨਸ਼ਨ ਇਕੱਲੇ ਆਪਦੇ ਵਿਆਹ ਦੀ ਹੁੰਦੀ ਹੈ, ਜ਼ਿਆਦਾ ਇੰਜੋਏ ਤਾਂ ਉਹਨਾਂ ਨੇ ਕਰਨਾ ਜਿਹਨਾਂ ਦਾ ਹੋ ਚੁੱਕਿਆ ਹੁੰਦਾ, ਹੈ ਨਾ, ਉਹਨਾਂ ਨੂੰ ਫਿਰ ਐਂ ਲੱਗਦਾ ਵੀ ਹਾਂ ਇੱਦਾਂ ਹੀ ਹੁੰਦਾ ਯਾਰ ਵਿਆਹ ਤੋਂ ਬਾਅਦ। ਤੁਸੀਂ ਆਪਣੀ ਜਿਹੜੀ ਕਿ ਇੱਕ ਵਿਆਹਿਕ ਜ਼ਿੰਦਗੀ ਆ, ਆਪਣੀ ਜਿਹੜੀ ਪਰਸਨਲ ਲਾਈਫ ਆ, ਉਹਨੂੰ ਇੰਜੋਏ ਕਰਦੇ ਹੋ ਜਾਂ ਫਿਰ ਕੰਮ ਦੇ ਵਿੱਚ ਹੀ ਜ਼ਿਆਦਾ ਰੁਝਾਨ ਰਹਿੰਦਾ ਤੁਹਾਡਾ? ਜ਼ਿਆਦਾਤਰ ਦੀਪ ਜੀ ਤਾਂ ਬਿਜ਼ੀ ਰਹਿੰਦੇ ਗੀਤਾਂ ਨੂੰ ਲਿਖਣਾ, ਕਿਉਂਕਿ ਜ਼ਿਆਦਾ ਜ਼ਿੰਮੇਵਾਰੀ ਇਹਨਾਂ ਦੇ ਸਿਰ 'ਤੇ, ਜਿਹੜੀ ਕੰਮ ਦੀ ਕਹਿ ਲਓ, ਸਿੰਗਿੰਗ ਦੀ, ਕਿਹੜੇ ਗੀਤ ਕਰਨੇ ਆ, ਮੈਟਰ ਸਿਲੈਕਸ਼ਨ ਕਰਨੀ ਆ, ਸ਼ੋਜ਼ ਬੁਕਿੰਗ ਕਰਨੇ ਆ, ਉਹ ਸਾਰੇ ਇਹਨਾਂ ਦਾ ਹੁੰਦਾ, ਔਰ ਮੈਂ ਘਰ ਪਰਿਵਾਰ ਨੂੰ ਦੇਖਣਾ ਹੁੰਦਾ। ਨੈਚੁਰਲੀ ਇਹ ਬੰਦਾ ਮੈਰਿਜ ਤੋਂ ਬਾਅਦ ਥੋੜ੍ਹਾ ਬਿਜ਼ੀ ਤਾਂ ਹੋ ਹੀ ਜਾਂਦਾ, ਔਰ ਕੰਮ ਦਾ ਬਰਡਨ ਵੀ ਵੱਧ ਜਾਂਦਾ, ਪਰ ਉੱਥੇ ਵੀ ਧਿਆਨ ਰੱਖਦੇ ਨੇ ਕਿ ਘਰ ਵੀ ਸਹੀ ਤੁਰਿਆ ਰਹੇ, ਮੰਮੀ ਡੈਡੀ ਨੂੰ ਰਾਤ ਨੂੰ ਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ, ਇਸ ਚੀਜ਼ ਦਾ ਵੀ ਦੀਪ ਧਿਆਨ ਰੱਖਦੇ ਹਨ, ਮੈਂ ਵੀ ਰੱਖਦੀ ਹਾਂ। ਕਿਤੇ ਨਾ ਕਿਤੇ ਉਹ ਹਾਊਸ ਵਾਈਫ ਜਿਹੜਾ ਵਾਲਾ ਜਿਹੜਾ ਫੀਲ ਹੈ ਉਹ ਕਿੱਦਾਂ ਦਾ ਹੈ? ਕੰਮ ਦੇ ਨਾਲ ਨਾਲ ਇੱਕ ਘਰ 'ਚ ਜਾ ਕੇ ਜਦੋਂ ਕੰਮ ਕਰਦੇ ਹੋ, ਘਰ ਦੀ ਜ਼ਿੰਮੇਵਾਰੀ, ਉਹ ਬੱਚੇ ਨੂੰ ਸਕੂਲ ਭੇਜਣਾ, ਉਹ ਕਿੱਦਾਂ ਦਾ ਫੀਲ ਹੈ? ਵਧੀਆ ਲੱਗਦਾ ਜੀ। ਮੈਨੂੰ ਲੱਗਦਾ ਕਿ ਬੱਚੇ ਦੇ ਆਉਣ ਨਾਲ ਜਿਹੜੀ ਲਾਈਫ ਆ ਇੱਕ ਲੇਡੀਜ਼ ਦੀ, ਕਾਫੀ ਚੇਂਜ ਹੋ ਜਾਂਦੀ, ਔਰ ਇੱਕ ਬਹਾਨਾ ਜਿਹਾ ਬਣ ਜਾਂਦਾ, ਇੱਕ ਖੁਸ਼ੀ ਦਾ ਬਹਾਨਾ ਬਣ ਜਾਂਦਾ ਜੀ, ਔਰ ਬੱਚਾ ਸਭ ਤੋਂ ਵੱਡੀ ਚੀਜ਼ ਹੈ ਜੀ। ਇਸ ਲਾਈਫ ਦੇ ਵਿੱਚ ਕਦੀ ਇੱਦਾਂ ਦਾ ਫੀਲ ਨਹੀਂ ਹੋਇਆ ਕਿ ਮੈਂ ਜਾਂ ਤਾਂ ਇਹ ਕੰਮ ਛੱਡਦਾ ਜਾਂ ਇਕੱਲਾ ਆਪਣਾ ਹਾਊਸ ਵਾਈਫ ਹੋ ਜਾਂ, ਕਿ ਇਹਨਾਂ ਦੋਨਾਂ ਚੀਜ਼ਾਂ ਨੂੰ ਕਰਨਾ ਮਤਲਬ ਮੈਨੇਜ ਹੋ ਜਾਂਦਾ? ਵਧੀਆ ਲੱਗਦਾ, ਵਧੀਆ ਲੱਗਦਾ, ਕਿਉਂਕਿ ਸਪੋਰਟ ਹੋਣੀ ਚਾਹੀਦੀ ਘਰਦਿਆਂ ਦੀ, ਔਰ ਜਦੋਂ ਹਸਬੈਂਡ ਨਾਲ ਹੈ, ਫੈਮਿਲੀ ਨਾਲ ਹੈ, ਫਿਰ ਮੈਨੂੰ ਲੱਗਦਾ ਥੋੜ੍ਹਾ ਈਜ਼ੀ ਹੁੰਦਾ। ਜਦੋਂ ਇਕੱਲਾ ਹੁੰਦਾ, ਕਿ ਲੇਡੀਜ਼, ਬਹੁਤ ਸਾਰੀ ਲੇਡੀਜ਼ ਹੁੰਦੀਆਂ ਜਿਹੜੀਆਂ ਆਫਟਰ ਮੈਰਿਜ, ਜਿਨ੍ਹਾਂ ਦੇ ਬੱਚੇ ਹੋ ਜਾਂਦੇ ਨੇ, ਕੰਮ ਛੱਡ ਦਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਘਰਦਿਆਂ ਦੀ। ਤੁਹਾਡਾ ਪਿਛਲਾ ਸੌਂਗ ਸੀ ਸੋਲੋ ਡੋਲਰ ਜੀ ਜੀ, ਉਸ 'ਚ ਵੀਡੀਓ 'ਚ ਜੈਸਮੀਨ ਮੈਮ ਨੇ ਜੀ, ਮਤਲਬ ਕਿ ਕਿਤੇ ਨਾ ਕਿਤੇ ਛੱਡਣਾ ਨਹੀਂ, ਜੇ ਸੋਲੋ ਕੰਮ ਵੀ ਕਰਨਾ ਤਾਂ ਨਾਲ ਹੀ ਕਰਨਾ। ਨਹੀਂ, ਉਹ ਗਾਣੇ ਦਾ, ਗਾਣਾ ਦੇ ਜਿਹੜੇ ਮੇਨ ਮਾਡਲ ਆ ਉਹ ਕੁੜੀ ਹੋਰ ਹੈ ਜੀ, ਉਹਦੇ ਵਿੱਚ ਇੱਕ ਅੰਤਰ ਆਉਂਦਾ ਕਿ ਤੇਰੇ ਨਾਲੋਂ ਸੋਹਣੀ ਮੈਨੂੰ ਮਿਲ ਗਈ, ਲੈਣ ਅਲੱਗ ਅਲੱਗ ਹੋਇਆ ਮੈਨੂੰ ਸਾਖ ਨਹੀਂ, ਹੈ ਨਾ ਜੀ, ਫਿਰ ਉਹ ਦਿਖਾਣੀ ਸੀ ਵੀ ਕੌਣ ਮਿਲੀ ਜੀ, ਤੇ ਫਿਰ ਤੁਸੀਂ ਹੁਣੇ ਦੇਖਿਆ ਨੀ, ਤੁਸੀਂ ਇਹ ਲਾਈਨ ਬੋਲੀ ਆ, ਉਹਨਾਂ ਨੇ ਅੱਖ ਚੱਕ, ਅੱਛਾ ਮੇਰੇ ਨਾਲ ਵੱਧ ਤਰੀਕੇ ਨਾਲ, ਨਹੀਂ 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 ਉਹਦੇ ਨਾਲ ਵੱਧ ਸੋਹਣੀ ਮਿਲ ਗਈ, ਤੇਰੇ ਨਾਲੋਂ ਵੱਧ ਸੋਹਣੀ ਮਿਲ ਗਈ ਲੈਣ, ਜਿਹੜੀ ਐਕਚੁਲੀ ਗਾਣਾ ਤੁਸੀਂ ਦੇਖੋਗੇ ਨਾ, ਉਹ ਸਟੋਰੀ ਹੈ ਗਾਣੇ ਦੀ ਜੀ, ਵੀ ਜਿੱਦਾਂ ਕੁੜੀ ਦਾ ਕੋਈ ਲਵ ਸ਼ਬਦ ਦਾ ਚੱਕਰ ਚੱਲਦਾ ਮੁੰਡਾ ਕੁੜੀ ਦਾ, ਅਤੇ ਉਹ ਕੁੜੀ ਵਿਚਾਰਾ ਗਰੀਬ ਹੁੰਦਾ ਛੱਡ ਜਾਂਦੀ ਹੈ, ਅਤੇ ਉਹ ਕਹਿੰਦੀ ਵੀ ਮੈਂ ਤਾਂ ਬਾਹਰ ਜਾਣਾ, ਫਿਰ ਉਹ ਕਿਸੇ ਤਰ੍ਹਾਂ ਬਾਹਰ ਚੱਲ ਜਾਂਦਾ, ਉੱਥੇ ਟਰੱਕ ਟਰੁੱਕ ਲੈ ਕੇ ਮਿਹਨਤ ਕਰਦਾ, ਐਂ ਕਰਦਾ, ਫਿਰ ਉਹ ਉੱਥੇ ਫੋਨ ਕਰਦੀ ਆਪ ਉਹ ਜਾਂਦੀ ਨਹੀਂ ਜੀ। ਸੋ ਬੜਾ ਸੋਹਣਾ ਗੀਤ ਹੈ ਇਹ ਜਿਹੜਾ ਡੋਲਰ, ਜਿਹੜਾ ਕਿ ਤੂੰ ਫਿਰਦੀ ਆਈਲੈਟ ਕਰਦੀ, ਤੇਰੀ ਬਾਹਰ ਵਾਲੀ ਮੁੱਕੀ ਨਹੀਂ ਝਾਕ ਨੀ, ਲੈਂਦੀ ਸੁਪਨੇ ਜਹਾਜ਼ਾਂ ਜੇ ਤੂੰ ਬੱਲੀਏ, ਵਿਆਹ ਦੀ ਉਮਰ ਹੀ ਲਈ ਨਾ ਨੰਗਾ ਜੀ, ਹੈ ਨਾ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਲੈਣੇ ਡਾਲਰਾਂ ਦੇ ਢੇਰ। ਮੈਂ ਤਾਂ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮੇਰਾ ਖਿਆਲ ਹੈ ਕਿ ਸਾਡੇ ਦਰਸ਼ਕ ਵੀ ਵੇਟ ਕਰ ਰਹੇ ਹੋਣਗੇ ਕਿ ਕਦੋਂ ਗਾਣਾ ਸੁਣਿਆ ਜਾਏ, ਤੇ ਆਪਾਂ ਹੈੱਡਕੁਆਰਟਰ ਦੀਆਂ ਜਿਹੜੀਆਂ ਦੋ ਲਾਈਨਾਂ ਆ ਜੀ, ਪਲੀਜ਼ ਸਾਡੇ ਦਰਸ਼ਕਾਂ ਦੀ ਨਜ਼ਰ ਕਰੋ। ਮੈਨੂੰ ਤਾਂ ਕਹਿੰਦਾ ਪੇਕੇ ਨਹੀਂ ਜਾਂਦੀ ਜਦ ਮੈਂ ਤੁਰ ਗਈ ਪੇਕੇ, ਮੈਨੂੰ ਤਾਂ ਕਹਿੰਦਾ ਪੇਕੇ ਨੀ ਜਾਂਦੀ ਜਦ ਮੈਂ ਤੁਰ ਗਈ ਪੇਕੇ, ਨੀ ਜਾਏ ਵੱਡੀ ਦਾ ਕੁਲੱਛਣਾ, ਉਹ ਆਪ ਤੁਰ ਗਿਆ ਠੇਕੇ, ਨੀ ਜਾਏ ਵੱਡੀ ਦਾ ਕੁਲੱਛਣਾ, ਆਪ ਤੁਰ ਗਿਆ ਠੇਕੇ, ਨੀ ਜਾਏ ਵੱਡੀ ਦਾ ਕੁਲੱਛਣਾ, ਉਹ ਜੱਟ ਪੱਟ ਕੇ ਡੱਟ ਬਹਿ ਗਿਆ ਜਦ ਤੂੰ ਤੁਰ ਗਈ ਪੇਕੇ,
जट पट के डट बह गया जद तू तुर गई पेके नी चल मुड़के आ जा नहीं खाली कर दूं ठेके नी चल मुड़के आ जा खाली कर दूं ठेके नी चल मुड़के आ जा। क्या बात है जी, क्या बात है, बहुत खूबसूरत गाना। एक रियल जिवें नोक चौक होंदी है, इन्हां दा प्यार बहुत है जी, सिर्फ गाने इंटरटेनमेंट लई इदां दे हुंदे ने। जिवें कि दीप जी दौर चल रहा सोशल मीडिया का जी, बहुत ही ज़्यादा दौर चल रहा, जे मैं गल करा इंस्टाग्राम फेसबुक स्नैपचैट, तुसीं भी उस ते एक्टिव रहने हो, कि थोनों उत्थे किदां दा रिस्पोंस मिलता थोड़े चाहण वालियां दा? सो जदों भी टाइम मिलता, जिन्ना को कोशिश तो होंदी है, पर जदों नूं कोई असीं सीखदे हां नवां कुछ होर आ जांदा। जिदां पहला फेसबुक चलाउणी सीखी, इंस्टाग्राम आ गई, इंस्टा सीखी, स्नैपचैट आ गई, स्नैपचैट ते माड़ा जिहा भेद जिहा लग्गिया, तां हुण इक नवां आ गया टिकटॉक। ठीक है, सच्ची गल हैगा, पंगा ही आ जी, ते पर इक भेड़ झाला करना पैंदा, देखो देख भी हां, फिर अगला कहिंदा जी तुसीं भी करो आह भी करो जी। ਪਹਿਲਾਂ ਇੱਦਾਂ ਹੁੰਦਾ ਸੀ ਨਾ ਕਿ ਗਾਣਾ ਪਹਿਲਾਂ ਆਉਂਦਾ ਸੀ ਔਰ ਯੂਟਿਊਬ ਸੋਸ਼ਲ ਮੀਡੀਆ ਸਾਈਟਸ ਤੇ ਬਾਅਦ ਵਿੱਚ ਬਾਅਦ ਜਾਂਦਾ ਸੀ। ਹੁਣ ਕੀ ਹੁੰਦਾ ਕਿ ਪਹਿਲਾਂ ਯੂਟਿਊਬ ਜਾਂ ਸੋਸ਼ਲ ਮੀਡੀਆ ਤੇ ਉਹਦੀ ਪ੍ਰਮੋਸ਼ਨ ਆ ਜਾਂਦੀ, ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਕੈਸਟ ਵਿਕਦੀ ਸੀ ਤਾਂ ਪਤਾ ਲੱਗ ਜਾਂਦਾ ਸੀ ਕੰਪਨੀ ਨੂੰ, ਕੈਸਟ ਵਿਕਦੀ, ਪੋਸਟਰ ਲੱਗੇ ਹੁੰਦੇ ਸੀ, ਪੋਸਟਰ ਲੱਗਿਆ ਕੈਸਟ ਜਾਣੀ, ਕੈਸਟ ਆ ਗਈ, ਸੀਡੀ ਆ ਗਈ, ਉਹ ਪਤਾ ਹੁੰਦਾ ਸੀ, ਰਿਟਰਨ ਮਿਲਦਾ ਸੀ ਜੀ। ਤਾਂ ਫ੍ਰੀ ਦੇ ਵਿੱਚ ਗਾਣੇ ਦੇ ਰਹੇ ਹਾਂ, ਕੋਈ ਰਿਕਵਰੀ ਨਹੀਂ, ਕੋਈ ਹੋਰ ਨਹੀਂ, ਕੁਛ ਨਹੀਂ, ਬਸ ਇਹ ਹੈ ਵੀ ਜਿਹੜੀ ਪ੍ਰੋਗਰਾਮਾਂ ਦਾ ਇੱਕ ਜ਼ਰੀਆ ਕਲਾਕਾਰਾਂ ਦਾ, ਜਿਹੜਾ ਉਹ ਸਟੇਜਾਂ ਲਾ ਰਹੇ ਨੇ, ਜਿਹੜੇ ਕੰਮ ਕਰ ਰਹੇ ਨੇ, ਉਹ ਕਮਾਈ ਹੈ, ਉਹ ਰਿਟਰਨ ਹੈ। ਜਿਵੇਂ ਤੁਸੀਂ ਦੱਸਿਆ ਨਾ 14 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ, ਤੁਸੀਂ ਹਾਲੇ ਤੱਕ ਟਿਕੇ ਹੋਏ ਹੋ, ਉਸ ਮੁਕਾਮ ਨੂੰ ਕਾਇਮ ਰੱਖਿਆ ਹੋਇਆ ਜੀ, ਉਸਦੀ ਕੀ ਸਪੈਸ਼ਲਿਟੀ ਹੈ? ਪਹਿਲੀ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਅਸੀਂ ਕੰਮ ਦੇ ਪ੍ਰਤੀ ਇਮਾਨਦਾਰ ਹਾਂ ਦੋਨੋਂ ਜੀ, ਔਰ ਦੂਜੀ ਗੱਲ ਇਹ ਹੈ ਸਾਡੇ ਮਾਂ ਪਿਓ ਦਾ ਆਸ਼ੀਰਵਾਦ, ਪਿਆਰ ਮੁਹੱਬਤ ਨਾਲ ਉਹਨਾਂ ਦਾ ਹੈਗਾ, ਪਰਮਾਤਮਾ ਦਾ ਨਾਲ ਆਸ਼ੀਰਵਾਦ। ਔਰ ਕੁਛ ਵੱਡੀ ਗੱਲ ਇਹ ਹੈ ਵੀ ਕਿ ਅਸੀਂ ਕੰਮ ਨੂੰ ਲੈ ਕੇ ਇੰਨੇ ਕੁ ਦੋਨੋਂ ਜਨੂਨੀ ਹੈ ਕਿ ਅਸੀਂ ਜਦੋਂ ਵੀ ਕਿਸੇ ਦੇ ਕੋਈ ਪ੍ਰੋਗਰਾਮ ਕਰਨ ਜਾਈਦਾ ਤਾਂ ਕਮਿਟਮੈਂਟ 2 ਘੰਟਿਆਂ ਦੀ ਕਰੀ ਹੁੰਦੀ ਹੈ, ਪਰ 4-4 ਘੰਟੇ ਲਾ ਕੇ ਆਈਦੇ ਹੈ ਨਾ, ਜੇ 2 ਰੁਪਏ ਕਿਸੇ ਤੋਂ ਲੈ ਜਾਂਦਾ 10 ਰੁਪਏ ਦਾ ਕੰਮ ਕਰਕੇ ਆਈਦਾ, ਕਦੇ ਇਹ ਨਹੀਂ। ਔਰ ਆਰਟਿਸਟ ਅਸੀਂ ਸਿਰਫ 2 ਘੰਟੇ ਲਈ ਸਟੇਜ 'ਤੇ ਹਾਂ, ਉਸ ਤੋਂ ਬਾਅਦ ਆਮ ਲੋਕਾਂ ਵਾਂਗੂ ਲੋਕਾਂ ਨਾਲ ਵਿਚਰੀਦਾ, ਉਹਨਾਂ ਦੇ ਪਰਿਵਾਰਾਂ 'ਚ ਜਾਈਦਾ, ਔਰ ਇਹੀ ਕਾਰਨ ਹੈ ਕਿ ਸਾਨੂੰ ਫੈਮਿਲੀ ਮੈਂਬਰ ਆਪਣੇ ਫੈਮਿਲੀ ਵਾਲੇ ਜਿਹੜੇ ਖਾਸ ਕਰ ਦੇ ਲੇਡੀਜ਼ ਜਾ ਕੇ ਘਰਾਂ ਦੇ ਵਿੱਚ ਸਲਾਹ ਹੁੰਦੀ ਹੈ ਵੀ ਇਹਨਾਂ ਦੋਨਾਂ ਨੂੰ ਬੁਲਾਇਆ ਜਾਵੇ, ਔਰ ਆਪਣਾ ਬਣ ਕੇ ਅਸੀਂ ਆਪਣੇ ਦੀ ਤਰ੍ਹਾਂ ਵਿਚਰਦੇ ਹਾਂ। ਸੋ ਇਹੀ ਪਿਆਰ ਉਹਨਾਂ ਦਾ ਲੋਕਾਂ ਦਾ ਲਈ ਜੀ। 14 ਸਾਲ ਹੋ ਗਏ ਹੈ ਨਾ ਫੈਮਿਲੀ ਦੇ ਨਾਲ, ਵੀ ਫਿੱਟ ਬਹੁਤ ਹੋ ਤੁਸੀਂ ਦੋਨੋਂ, ਆਪਣੀ ਕੇਅਰ ਬਹੁਤ ਕਰਦੇ ਆ, ਮੈਂ ਵੀ ਕੇਅਰ ਕਰਦੀ ਆ, ਮੈਂ ਇਹਨਾਂ ਦੀ ਵੀ ਕੇਅਰ ਕਰਦੀ ਆ, ਆਪਣੀ ਵੀ ਕੇਅਰ ਕਰਦੀ ਆ, ਜਿਮ ਜਾਂਦੇ ਨੇ ਰੈਗੂਲਰ, ਸਭ ਤੋਂ ਪਹਿਲਾਂ ਆਪਣੀ ਪੂਜਾ ਜੀ, ਹੈਨਾ, ਉਦੋਂ ਬਾਅਦ ਦੂਜੇ ਦੀ ਪੂਜਾ ਹੁੰਦਾ ਕਿ ਅਸੀਂ ਆਪ ਫਿੱਟ ਹੋਵਾਂਗੇ, ਸਾਰਿਆਂ ਦੀ ਸੇਵਾ ਤੇ ਲੱਗੇ ਰਹਿੰਦੇ ਆ, ਖੁਦ ਨੂੰ ਭੁੱਲ ਜਾਂਦੇ ਆ, ਪਰ ਮੈਂ ਪਹਿਲਾਂ ਖੁਦ ਖਾਂਦੀ ਆ ਫਿਰ ਬਾਕੀਆਂ ਨੂੰ ਖਿਲਾਉਂਦੀ ਆ। ਪਰਮਾਤਮਾ ਨੇ ਨਾ ਇੱਕ ਤੁਹਾਨੂੰ ਬੜਾ ਸੋਹਣਾ ਗਿਫਟ ਦਿੱਤਾ ਹੈ ਸਰੀਰ ਜੀ, ਇਹਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਜੀ। ਇਹ ਬੜਾ ਇਹ ਲੌਜਿਕ ਹੈ, ਇੱਕ ਸਮਝ ਆ ਗਿਆ ਨਾ ਜੀ, ਕਿ ਜ਼ਿਆਦਾਤਰ ਬੰਦੇ ਆ ਵੀ ਪੂਜਾ ਪਾਠ ਲਈ 2-2, 3-3 ਘੰਟੇ ਬੈਠ ਸਕਦੇ ਨੇ, ਪਰ ਜਿਮ ਲਈ ਜਾਂ ਐਕਸਰਸਾਈਜ਼ ਲਈ ਨਹੀਂ ਕੱਢਦੇ ਨਾ। ਰੱਬ ਨੇ ਜਿਹੜੀ ਚੀਜ਼ ਤੁਹਾਨੂੰ ਦਿੱਤੀ ਹੈ ਪਹਿਲਾਂ ਉਹਦੀ ਕਦਰ ਕਰੋ। ਤੁਸੀਂ ਮੈਂ ਤੁਹਾਨੂੰ ਕੋਈ ਚੀਜ਼, ਤੁਸੀਂ ਮੈਨੂੰ ਕੋਈ ਦਿੱਤੀ ਚੀਜ਼, ਮੈਂ ਉਹਦੀ ਕਦਰ ਨਾ ਕੀਤੀ, ਤੁਸੀਂ ਮੈਨੂੰ ਦੁਬਾਰਾ ਦਿਓਗੇ? ਬਿਲਕੁਲ ਨਹੀਂ ਦਿਓਗੇ। ਸੇਮ ਸਿਸਟਮ ਪਰਮਾਤਮਾ ਦਾ, ਜੇਕਰ ਉਹਨੇ ਤੁਹਾਨੂੰ ਇਹ ਸਰੀਰ ਗਿਫਟ ਦਿੱਤਾ ਹੈ, ਸੋਹਣਾ ਦਿੱਤਾ, ਇਹਨੂੰ ਸਾਂਭ ਕੇ ਰੱਖੋ, ਇਹ ਉਹਦੇ ਉਹਦਾ ਇੱਕ ਮੰਦਰ ਹੈ, ਉਹਨੂੰ ਇਹਨੂੰ ਕੰਪਲੀਟ ਤੁਸੀਂ ਇਹਦੀ ਕੇਅਰ ਕਰੋ। ਪਰਮਾਤਮਾ ਦੀ ਥਿਉਰੀ ਇਹ ਹੈ ਕਿ ਇਹਦਾ ਧਿਆਨ ਰੱਖੋ ਸਭ ਤੋਂ ਪਹਿਲਾਂ ਸਰੀਰ ਦਾ, ਉਸ ਤੋਂ ਬਾਅਦ ਮੇਰੇ ਦਿੱਤੇ ਸਰੀਰ ਦੇ ਨਾਲ ਕੋਈ ਇੱਦਾਂ ਦੇ ਕੰਮ ਕਰੋ, ਚੰਗੇ ਕੰਮ, ਹੈ ਨਾ, ਜਿਹਦੇ ਨਾਲ ਜਿਹਦੇ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ, ਤੁਸੀਂ ਕਿਸੇ ਨੂੰ ਹਸਾ ਸਕਦੇ ਹੋ, ਕਿਸੇ ਨੂੰ ਕੰਮ 'ਤੇ ਲਵਾ ਸਕਦੇ ਹੋ, ਜਿੰਨਾ ਕੁ ਕਿਸੇ ਦਾ ਕਰ ਸਕਦੇ ਹੋ, ਜਿੰਨੀ ਕੁ ਤੁਹਾਨੂੰ ਸਮਰੱਥਾ ਮਿਲੀ ਹੈ, ਤੁਸੀਂ ਚੰਗਾ ਕੰਮ ਸੋਸ਼ਲ ਬਣ ਕੇ ਤੁਸੀਂ ਕਿਸੇ ਕਰੋ, ਅਤੇ ਪਰਮਾਤਮਾ ਆਪੇ ਖੁਸ਼ ਹੋਏਗਾ। ਅਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਕਿ ਤੁਸੀਂ ਲਾਈਵ ਸ਼ੋਅਜ਼ ਦੇ ਵਿੱਚ ਗਾਉਂਦੇ ਹੋ, ਅਤੇ ਜੇ ਸਾਡੇ ਵਰਗਿਆਂ ਨੇ ਕੰਟੈਕਟ ਕਰਨਾ ਹੋਵੇ ਤਾਂ ਕਿੱਦਾਂ? ਅੱਜ ਕੱਲ੍ਹ ਤਾਂ ਬੜਾ ਸੌਖਾ ਹੋਇਆ ਹੋਇਆ, ਫੇਸਬੁੱਕ ਹੈ ਨਾ, ਤਾਂ ਉਹਦੇ 'ਤੇ ਆਫਿਸ਼ੀਅਲ ਨੰਬਰ ਹੈਗੇ ਨੇ, ਔਰ ਇੰਸਟਾ ਦੇ ਉੱਤੇ, ਸਨੈਪਚੈਟ ਦੇ ਉੱਤੇ, ਟਿਕਟੋਕ 'ਤੇ, ਹੈ ਨਾ, ਯੂਟਿਊਬਰ, ਇਹ ਸਾਰਾ ਕੁਛ ਮੇਰੇ ਜਿੰਨਾ ਹੈਗਾ ਮੈਂ ਆਪ ਕਰਦਾ, ਉਹਦੇ ਜਦੋਂ ਕੋਈ ਮੈਨੂੰ ਕਮੈਂਟ ਆਉਂਦਾ ਮੈਂ ਰਿਪਲਾਈ ਵੀ ਕਰਦਾ, ਕਿਉਂਕਿ ਜਿੰਨੇ ਕੁ ਲੋਕ ਮੇਰੇ ਨਾਲ ਜੁੜੇ ਹੁੰਦੇ ਆ, ਮੈਂ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੀ ਭਾਵਨਾ ਦੀ ਕਦਰ ਕਰਦਾ ਹੋਇਆ। ਬਿਲਕੁਲ, ਮੈਂ ਉਹਨਾਂ ਨੂੰ ਚੀਜ਼ ਸਭ ਤੋਂ ਮੇਨ ਹੁੰਦੀ ਹੈ ਕਿ ਇੱਕ ਆਰਟਿਸਟ ਦੀ ਲਾਈਫ ਵਿੱਚੋਂ ਜੇ ਉਹ ਆਪਣੇ ਚਾਹਣ ਵਾਲਿਆਂ ਲਈ ਟਾਈਮ ਕੱਢ ਸਕੇ ਜੀ, ਕਿ ਉਹਨਾਂ ਨੂੰ ਮੈਸੇਜ ਦੇ, ਉਹਨਾਂ ਦੇ ਐਟਲੀਸਟ ਰਿਪਲਾਈ, ਕਿਉਂਕਿ ਅਗਲੇ ਨੇ ਵੀ ਤਾਂ ਟਾਈਮ ਕੱਢ ਕੇ ਤੁਹਾਡਾ ਪੇਜ ਦੇਖਿਆ, ਲਾਈਕ ਕੀਤਾ, ਉਹਦੇ ਕਮੈਂਟ ਲਿਖਣ 'ਤੇ ਟਾਈਮ ਲਾਇਆ ਜੀ, ਤਾਂ ਫਿਰ ਚਾਹੇ ਆਰਟਿਸਟ ਲਈ ਔਖਾ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਉਹਨੇ ਇੱਕ ਨੂੰ ਕਰਨਾ, ਬਹੁਤ ਜ਼ਿਆਦਾ ਕਮੈਂਟ ਹੋ ਜਾਂਦੇ ਨੇ, ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਕੁ ਅਸੀਂ ਵੱਧ ਤੋਂ ਵੱਧ ਜੁੜ ਕੇ ਰਹੀਏ ਲੋਕਾਂ ਦੇ ਨਾਲ ਜੀ, ਜੁੜਿਆ ਜਾਵੇ। ਅਤੇ ਹੁਣ ਮੈਂ ਇੱਕ ਵੈਸੇ ਪੁੱਛਦਾ ਜੀ, ਗੱਲਾਂ ਆਪਾਂ ਕਰ ਰਹੇ ਹਾਂ ਹੈ ਨਾ, ਮੈਨੂੰ ਇਹ ਸੱਚੀ ਹੋਇਆ ਕਿ ਮੈਮ ਵੈਸੇ ਹੀ ਘੱਟ ਬੋਲਦੇ ਨੇ?
ਨਹੀਂ ਮੈਂ ਬੋਲ ਨਹੀਂ ਦਿੰਦਾ ਇਹ ਸੱਚ ਆ ਵਾਲੀ ਗੱਲ ਸੱਚ ਹੈ ਕਿ ਮੈਨੂੰ ਬੋਲ ਮਤਲਬ ਤੁਹਾਨੂੰ ਬੋਲਣ ਨਹੀਂ ਦਿੰਦਾ ਕੀ ਬਾਤ ਹੈ ਸਟੇਜ ਤੇ ਵੀ ਨਹੀਂ ਘਰ ਵੀ ਨਹੀਂ ਹੋਰ ਇੰਟਰਵਿਊ ਚ ਵੀ ਨਹੀਂ ਮੈਨੂੰ ਬੋਲ ਇੱਕ ਬੰਦਾ ਮੂਹਰੇ ਲੱਗਿਆ ਹੋਵੇ ਠੀਕ ਰਹਿੰਦਾ ਠੀਕ ਹੈ ਤੇ ਇੱਕ ਹੋਰ ਇੱਕ 11 ਹੁੰਦੇ ਜਿਵੇਂ ਹਾਂ ਨਾਲੇ ਲੇਡੀਜ਼ ਤੇ ਬੋਲਣ ਇਹਨੂੰ ਪਹਿਲੀਆਂ ਦੀ ਅੱਗੇ ਘਟਾਉਣ ਜੇ ਜ਼ਿਆਦਾ ਬੋਲਣ ਲੱਗ ਜਾਣ ਫਿਰ ਮੁੜ ਕੇ ਆਉਂਦੇ ਹੱਥ 'ਚ ਮੈਕ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਤਾਂ ਹੀ ਇੱਦਾਂ ਦੇ ਗਾਣੇ ਆਉਂਦੇ ਆ ਪਰ ਇਹ ਬਹੁਤ ਹੀ ਪਿਆਰ ਵਾਲੇ ਗਾਣੇ ਆ ਸਿਰਫ ਕਿਉਂਕਿ ਗਾਣਾ ਮੈਂ ਕਿਹਾ ਯਾਰ ਗਾਣਾ ਜ਼ਿਆਦਾਤਰ ਆਪਾਂ ਆਲੇ ਦੁਆਲੇ ਦੇਖਦੇ ਹਾਂ ਮਿੱਤਰਾਂ ਪਿਆਰਾਂ ਨੂੰ ਜਿਹਨਾਂ ਨੂੰ ਫੋਨ ਕਰਦੇ ਆ ਨਾ ਤੇ ਬੜੇ ਘੱਟ ਲੋਕ ਹੁੰਦੇ ਆ ਜਦੋਂ ਕੋਈ ਆਮ ਬਾਹਰ ਗੱਲਾਂ ਬਾਤਾਂ ਕਰੀ ਜਾਣਗੇ ਜੇ ਘਰਵਾਲੀ ਦਾ ਫੋਨ ਹੋ ਜਾਵੇ ਯਾਰ ਫਿਰ ਆ ਗਿਆ ਹਨਾ ਹਾਂ ਕੀ ਆ ਕਿੱਦਾਂ ਕਿਵੇਂ ਕੀ ਮੈਂ ਯਾਰ ਕੋਈ ਸਿੱਧੇ ਮੂੰਹ ਬੋਲਦਾ ਤਾਂ ਹੈ ਨਹੀਂ ਹੈ ਨਾ ਵੀ ਇੱਦਾਂ ਦਾ ਗਾਣਾ ਹੋਣਾ ਚਾਹੀਦਾ ਵੀ ਤੂੰ ਪਿਆਰ ਨਾਲ ਵੀ ਬੋਲ ਲਿਆ ਕਰ ਕਦੇ ਵੀ ਹਰ ਵੇਲੇ ਵੱਢ ਖਾਣ ਨੂੰ ਪੈਂਦਾ ਰਹਿੰਦਾ ਤੇ ਤੁਹਾਨੂੰ ਨਹੀਂ ਕਦੀ ਇੱਦਾਂ ਦੇ ਮੈਸੇਜਿਸ ਆਉਂਦੇ ਮਤਲਬ ਕੁੜੀਆਂ ਦੇ ਲੇਡੀਜ਼ ਦੇ ਵਾਈਫਸ ਦੇ ਕਿ ਬਹੁਤ ਸੋਹਣਾ ਗਾਣਾ ਤੁਸੀਂ ਇਹ ਗਾਇਆ ਹਾਂਜੀ ਬਿਲਕੁਲ ਜੀ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਕਮੈਂਟ ਸੀਗੇ ਸਾਰੇ ਲੇਡੀਜ਼ ਬਹੁਤ ਖੁਸ਼ ਹੋਈਆਂ ਸੀ ਸਪੈਸ਼ਲੀ ਕਿ ਸਾਡੀ ਵੀ ਕੋਈ ਗੱਲ ਹੋਈ ਹੈ ਹਾਂਜੀ ਬਹੁਤ ਅੱਛਾ ਰਿਸਪੌਂਸ ਸੀ ਗੀਤ ਦਾ ਮੇਰਾ ਮਿੱਤਰ ਹੈ ਆਪਣਾ ਇਸ ਲਾਈਨ ਦੇ ਨਾਲ ਜਿਹੜਾ ਹਰਿੰਦਰ ਭੁੱਲਰ ਅਤੇ ਉਹਨਾਂ ਦੇ ਵਾਈਫ ਹੈ ਸਾਡੇ ਜਿੱਦਾਂ ਫੈਮਿਲੀ ਰਿਲੇਸ਼ਨ ਨੇ ਅਤੇ ਉਹ ਕਹਿੰਦੇ ਵੀ ਆਪਣਾ ਵੀ ਜੈਸਮੀਨ ਜੱਸੀ ਨੂੰ ਸਾਡੀ ਹੁਣ ਲੀਡਰ ਬਣਾਉਣੇ ਆ ਸਾਡੀ ਆਵਾਜ਼ ਚੱਕਣ ਲੱਗ ਗਈ ਲੇਡੀਜ਼ ਦੇ ਕਿਉਂਕਿ ਜ਼ਿਆਦਾ ਗਾਣੇ ਜਿਹੜੇ ਆਉਂਦੇ ਸੀਗੇ ਉਹ ਚੁਟਕਲੇ ਵੀ ਲੇਡੀਜ਼ ਤੇ ਹੀ ਬਣਦੇ ਨੇ ਜਿੱਦਾਂ ਦੇਖਿਆ ਜਾਂਦਾ ਕੋਈ ਲੇਡੀਜ਼ ਵਿਚਾਰੀਆਂ ਕਦੀ ਨਹੀਂ ਕਹਿੰਦੀਆਂ ਕਿ ਹਸਬੈਂਡ ਨੂੰ ਕਦੀ ਮਤਲਬ ਡੋਮੀਨੇਟ ਨਹੀਂ ਕਰਦੀਆਂ ਵਿਚਾਰੀਆਂ ਨਾਈਸ ਹੁੰਦੀਆਂ ਨੇ ਵਿਚਾਰੀਆਂ ਵਿਚਾਰੀਆਂ ਨਹੀਂ ਦੌਰ ਇੱਦਾਂ ਦਾ ਚੱਲ ਰਿਹਾ ਹੁਣ ਆਪਾਂ ਕੁੜੀਆਂ ਨੂੰ ਪਹਿਲ ਦਿੰਦੇ ਹਾਂ ਹਰ ਖੇਤਰ 'ਚ ਕੁੜੀਆਂ ਅੱਗੇ ਆ ਰਹੀਆਂ ਨੇ ਜੀ ਸੋ ਸਲਿਊਟ ਹੈ ਤੁਹਾਨੂੰ ਵੀ ਜੀ ਥੈਂਕ ਯੂ ਜੀ ਤੇ ਹੁਣ ਨੈਕਸਟ ਪ੍ਰੋਜੈਕਟ ਦੱਸੋ ਸਾਡੇ ਦਰਸ਼ਕਾਂ ਨੈਕਸਟ ਵੀਰ ਜੀ ਗਾਣੇ ਆ ਰਹੇ ਨੇ ਜੀ ਨਵੇਂ ਮੇਰੇ ਖਿਆਲ ਤੁਸੀਂ ਫਿਲਮ ਵੀ ਕੀਤੀ ਹੈ ਨਾ ਫਿਲਮ ਆ ਰਹੀ ਹੈ ਰੱਬਾ ਰੱਬਾ ਮੀਂਹ ਵਰਸਾ ਜਿਹੜੀ ਐਜ਼ ਅ ਮੇਨ ਹੀਰੋ ਆ ਰਹੀ ਹੈ ਦੀਪ ਜੀ ਹਾਂਜੀ ਅਲੱਗ ਜਿਹਾ ਕਨਸੈਪਟ ਹੈ ਬੱਚਿਆਂ ਦੀ ਫਿਲਮ ਆ ਉਹ ਜੀ ਸਿੱਧਾ ਸਰਕਾਰੀ ਸਕੂਲ ਦੇ ਨਿਆਣੇ ਹੁੰਦੇ ਨੇ ਔਰ ਪ੍ਰਿੰਸ ਕਮਲਜੀਤ ਵੀਰ ਨੇ ਲਿਖੀ ਆ ਉਹ ਫਿਲਮ ਔਰ ਸਿਮਰਜੀਤ ਹੁੰਦਲ ਜੀ ਨੇ ਡਾਇਰੈਕਟ ਕੀਤੀ ਹੈ ਬੱਲੂ ਸਲੂਜਾ ਜੀ ਬੰਬੇ ਵਾਲੇ ਔਰ ਸੈਮ ਚੱਜ ਜੀ ਉਹ ਸਾਡੇ ਪ੍ਰੋਡਿਊਸਰ ਨੇ ਅਤੇ ਵੱਡੀ ਗੱਲ ਇਹ ਆ ਵੀ ਕਿ ਇਹਦੇ 'ਚ ਬੜੇ ਵਧੀਆ ਆਰਟਿਸਟ ਜਿਵੇਂ ਨੀਤਾ ਦੇਵਗਨ ਮੈਡਮ ਸਰਦਾਰ ਸੋਹੀ ਜੀ ਹਾਰਵੀ ਸੰਘਾ ਜੀ ਮਲਕੀਤ ਰਾਉਣੀ ਜੀ ਪੰਗੂ ਮੈਡਮ ਹੋਰ ਸਾਰੇ ਕਮਾਲ ਦੇ ਆਰਟਿਸਟ ਥੀਏਟਰ ਵਾਲੇ ਕਮੇਡੀ ਫਿਲਮ ਹੋਏਗੀ ਹਰਿੰਦਰ ਭੁੱਲਰ ਸੋ ਕਮੇਡੀ ਵੀ ਹੈ ਔਰ ਇੱਕ ਅਲੱਗ ਕਨਸੈਪਟ ਹੈ ਫਿਲਮ ਦਾ ਬੱਚਿਆਂ ਦਾ ਕਨਸੈਪਟ ਹੈ ਹਾਂਜੀ ਅਸੀਂ ਦੋਨੋਂ ਉਹਦੇ 'ਚ ਹੈਗੇ ਹਾਂ ਜੀ ਕੀ ਬਾਤ ਮੈਂ ਪੁੱਛਣ ਹੀ ਵਾਲਾ ਮਟਰ ਮਟਰ ਨਹੀਂ ਬਣਿਆ ਜੈਸਮੀਨ ਮੈਮ ਵੀ ਦੇਖਣ ਨੂੰ ਮਿਲਣਗੇ ਹਾਂਜੀ ਜੀ ਬਿਲਕੁਲ ਜੀ ਦੀਪ ਢਿੱਲੋਂ ਜੀ ਤੇ ਜੈਸਮੀਨ ਜੱਸੀ ਜੀ ਮੂਵੀ 'ਚ ਵੀ ਦੇਖਣ ਨੂੰ ਮਿਲਣਗੇ ਜਿੱਥੇ ਤੁਸੀਂ ਇਹਨਾਂ ਨੂੰ ਇਹਨਾਂ ਗਾਣਿਆਂ 'ਚ ਪਿਆਰ ਦਿੱਤਾ ਹੈ ਹੁਣ ਵੀਡੀਓ ਮੂਵੀ ਆ ਰਹੀ ਹੈ ਜੀ ਇਹਨਾਂ ਦੀ ਉਹਨਾਂ ਨੂੰ ਵੀ ਤੁਸੀਂ ਮਾਸ਼ਾਅੱਲਾ ਇਹੀ ਦੁਆ ਜੀ ਉਨਾ ਹੀ ਪਿਆਰ ਦਿਓ ਜਿੰਨਾ ਇਹਨਾਂ ਦੇ ਗਾਣਿਆਂ ਨੂੰ ਦਿੰਦੇ ਹੋ ਸੋ ਇੱਥੇ ਵਿਹਲਾ ਹੋ ਗਿਆ ਹੁਣ ਥੋੜ੍ਹੇ ਤੋਂ ਇਜਾਜ਼ਤ ਲੈਣ ਦਾ ਟਾਈਮ ਜਿਹੜਾ ਕਿ ਇਜਾਜ਼ਤ ਨਹੀਂ ਦੇ ਰਿਹਾ ਜੀ ਗੱਲਾਂ ਬਾਤਾਂ ਤਾਂ ਬੋਰ ਬਹੁਤ ਪਈਆਂ ਨੇ ਪਰ ਇਜਾਜ਼ਤ ਹੁਣ ਚਾਹੀਦੀ ਹੈ ਜੀ ਮੈਨੂੰ ਸੋ ਤੁਸੀਂ ਆਪਣੀ ਲਾਈਫ ਦੇ ਵਿੱਚੋਂ ਇੰਨੀ ਬਿਜ਼ੀ ਲਾਈਫ ਵਿੱਚੋਂ ਕੀਮਤੀ ਸਮਾਂ ਕੱਢਿਆ ਸਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਜੀ ਔਰ ਤੁਹਾਡਾ ਪੂਰੀ ਟੀਮ ਦਾ ਵੀ ਬਹੁਤ ਬਹੁਤ ਥੈਂਕ ਯੂ ਚੜ੍ਹਦੀ ਕਲਾ ਟਾਈਮ ਟੀਵੀ ਦੇਖਦੇ ਰਹੋ ਅਤੇ ਚੜ੍ਹਦੀ ਕਲਾ 'ਚ ਰਹੋ ਸਤਿ ਸ਼੍ਰੀ ਅਕਾਲ ਸੋ ਤੁਹਾਡਾ ਵੀ ਧੰਨਵਾਦ ਜੀ ਤੁਸੀਂ ਸਾਡੇ ਇਸ ਪ੍ਰੋਗਰਾਮ ਨਾਲ ਕੰਟੀਨਿਊ ਬਣੇ ਹੋਏ ਤੁਹਾਡੇ ਪਿਆਰ ਸਦਕਾ ਹੀ ਮੈਂ ਤੁਹਾਡੀ ਮੁਲਾਕਾਤ ਤੁਹਾਡੇ ਚਾਹੇਤੇ ਕਲਾਕਾਰਾਂ ਨਾਲ ਕਰਵਾਉਂਦਾ ਸੋ ਅਗਲੇ ਹਫ਼ਤੇ ਕਿਸੇ ਹੋਰ ਕਲਾਕਾਰ ਅਦਾਕਾਰ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਜੀ ਪਰ ਉਦੋਂ ਤੱਕ ਆਪਣੇ ਦੋਸਤ ਅਤੇ ਹੋਸਟ ਰਿਦਮ ਨੂੰ ਦਿਓ ਜੀ ਆਗਿਆ ਸਤਿ ਸ਼੍ਰੀ ਅਕਾਲ ਜੇ ਆਇਆਂ ਨੂੰ